ਬਹੁਤ ਅੱਛਾ ਲੱਗਾ। ਰਿਲੀਜੀਅਸ ਤੇ ਓਬਵੀਅਸਲੀ ਹੈ ਹੀ ਆ ਕਿ ਮੰਦਿਰ ਹੈ, ਬਟ ਇਹ ਕਿ ਸੋਸ਼ਲ ਵਰਕ ਜਿਹੜਾ ਵਾ ਬਹੁਤ ਤਰ੍ਹਾਂ ਦਾ ਅਤੇ ਬਹੁਤ ਕੁਛ ਹੋ ਰਿਹਾ ਅਤੇ ਸਪੈਸ਼ਲੀ ਵੁਮੈਨ ਨੂੰ ਜਿਹੜਾ ਫੋਕਸ ਕੀਤਾ ਜਾ ਰਿਹਾ। ਹਰ ਬੱਚੇ ਦੀ ਜ਼ਿੰਦਗੀ 'ਚ ਬਦਲਣ ਲਈ ਨਾ ਉਹ ਇੱਕ ਛੋਟੀ ਜਿਹੀ ਚਿਣਗ ਹੀ ਕਾਫੀ ਹੁੰਦੀ ਆ। ਸੋ ਮੈਨੂੰ ਬਹੁਤ, ਜਿੰਨਾ ਅਸੀਂ ਲੋਕਲਾਈਜ਼ਡ ਚੀਜ਼ਾਂ ਕਰਾਂਗੇ ਓਨਾ ਹੀ ਅਸੀਂ ਜ਼ਿੰਦਗੀ 'ਚ ਗਰੋ ਕਰਾਂਗੇ। ਰਾਈਟ ਏਜ ਦੇ ਵਿੱਚ ਜੇ ਰਾਈਟ ਡਾਇਰੈਕਸ਼ਨ ਮਿਲ ਜਾਵੇ ਤਾਂ ਮੈਨੂੰ ਵੈਰੀ ਸ਼ਿਓਰ ਆ ਕਿ ਲੋਕੇਸ਼ਨ ਕਦੀ ਮੈਟਰ ਨਹੀਂ ਕਰਦੀ। ਆਪਾਂ ਬੱਚੇ ਨੂੰ ਕਿਹੜੀ ਡਾਇਰੈਕਸ਼ਨ ਦਿੱਤੀ ਉਹ ਮੈਟਰ ਕਰਦਾ, ਅਤੇ ਇਹ ਵੀ ਮੈਟਰ ਨਹੀਂ ਕਰਦਾ ਕਿ ਕਿਸੇ ਨੂੰ ਸਟਿਚਿੰਗ ਸਿਖਾਈ ਆ ਕਿ ਕੰਪਿਊਟਰ। ਮੈਡਮ ਨੇ ਅੱਜ ਆ ਕੇ ਇੱਥੇ ਮੰਦਰ 'ਚ ਬਲੈਸਿੰਗ ਲਈਆਂ, ਔਰ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਆ ਕੇ ਸਰਟੀਫਿਕੇਟ ਦਿੱਤੇ। ਇਹਦੇ ਨਾਲ ਉਹਨਾਂ ਦਾ ਵੀ ਹੌਸਲਾ ਵਧਿਆ, ਸਾਡਾ ਵੀ ਹੌਸਲਾ ਬਣਿਆ ਕਿ ਸੁਸਾਇਟੀ ਵਾਸਤੇ ਅਸੀਂ ਹੋਰ ਨੱਠ ਭੱਜ ਕੇ ਜ਼ਿਆਦਾ ਕੰਮ ਕਰਾਂਗੇ, ਔਰ ਅਸੀਂ ਉਹਨਾਂ ਲੋਕਾਂ ਦੇ ਵੀ। ਹਾਂਜੀ, ਮੈਨੂੰ ਬਹੁਤ ਅੱਛਾ ਲੱਗਾ ਅੱਜ ਲੁਧਿਆਣੇ ਆ ਕੇ, ਸਪੈਸ਼ਲੀ ਗੀਤਾ ਮੰਦਿਰ ਦੇ ਵਿੱਚ ਅੱਜ ਅਸੀਂ ਹੈਗੇ ਹਾਂ ਵਿਕਾਸ ਨਗਰ ਦੇ ਵਿੱਚ, ਅਤੇ ਆਈ ਥਿੰਕ ਵਨ ਆਫ ਦਾ ਬਿਗੈਸਟ ਮੰਦਿਰ ਆ ਲੁਧਿਆਣਾ ਦਾ, ਅਤੇ ਮੈਨੂੰ ਬਹੁਤ ਅੱਛਾ ਲੱਗਾ। ਰਿਲੀਜੀਅਸ ਤੇ ਓਬਵੀਅਸਲੀ ਹੈ ਹੀ ਆ ਕਿ ਮੰਦਿਰ ਹੈ, ਬਟ ਇਹ ਕਿ ਸੋਸ਼ਲ ਵਰਕ ਜਿਹੜਾ ਵਾ ਉਹ ਬਹੁਤ ਤਰ੍ਹਾਂ ਦਾ ਅਤੇ ਬਹੁਤ ਕੁਛ ਹੋ ਰਿਹਾ ਅਤੇ ਸਪੈਸ਼ਲੀ ਵੁਮੈਨ ਨੂੰ ਜਿਹੜਾ ਫੋਕਸ ਕੀਤਾ ਜਾ ਰਿਹਾ, ਜੋ ਕਿ ਓਵਰਆਲ ਵੀ ਦੇਖਦੇ ਕਿ ਸਾਡੇ ਕੰਟਰੀ 'ਚ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਅੱਜ ਇੱਥੇ ਸਪੈਸ਼ਲੀ ਕੰਪਿਊਟਰ ਐਜੂਕੇਸ਼ਨ ਜਿਹੜੇ ਬੱਚਿਆਂ ਨੂੰ ਦਿੱਤੀ ਗਈ ਹੈ, ਅਤੇ ਜਿਹੜੇ ਬੱਚਿਆਂ ਨੂੰ ਬਹੁਤ ਹੀ ਕਹਿ ਸਕਦੇ ਕਿ ਕਨਵੀਨੀਅੰਟ ਯੂ ਨੋ ਰੇਟ ਦੇ ਉੱਪਰ ਜਿਹੜੀ ਆ ਉਹਨਾਂ ਨੂੰ ਸਟਿਚਿੰਗ ਕੰਪਿਊਟਰ ਐਜੂਕੇਸ਼ਨ ਦਿੱਤੀ ਗਈ ਆ। ਸੋ ਉਹ ਵਾਲੇ ਬੱਚਿਆਂ ਨੂੰ ਅੱਜ ਇੱਥੇ ਸਰਟੀਫਿਕੇਟ ਦਿੱਤਾ ਜਾਏਗਾ, ਅਤੇ ਮੈਨੂੰ ਲੱਗਦਾ ਕਿ ਬਹੁਤ ਹੌਸਲਾ ਵਧੇਗਾ। ਜਿਵੇਂ ਆਪਾਂ ਕਹਿੰਦੇ ਕਿ ਥੋੜ੍ਹਾ ਜਿਹਾ ਯੂ ਨੋ ਡਾਇਰੈਕਸ਼ਨ ਚਾਹੀਦੀ ਆ ਹਵਾਈ ਜਹਾਜ਼ ਨੂੰ ਪੂਰਾ ਬੱਚਿਆਂ ਨੂੰ ਕਰੀਅਰ ਕਰਨ ਲਈ। ਹਾਂਜੀ ਹਾਂ, ਸੋ ਮੈਂ ਵੈਸੇ ਵੀ ਕਰੀਅਰ ਦੀ ਜੇ ਆਪਾਂ ਗੱਲ ਕਰੀਏ, ਆਈ ਹੈਵ ਬੀਨ ਟੂ ਲੋਟ ਆਫ IIMs, IITs ਐਂਡ ਆਈ ਐਮ ਅ ਟੈਡਕ ਸਪੀਕਰ। ਸੋ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਬੱਚਿਆਂ 'ਚ ਆਪਾਂ ਅੱਜ ਪੂਰਾ ਜੋਸ਼ ਭਰੀਏ ਕਿ ਉਹ ਅੱਗੇ ਕੁਛ ਕਰਕੇ ਦਿਖਾਉਣ। ਬਿਲਕੁਲ, ਕਿਉਂਕਿ ਹਰ ਬੱਚੇ ਦੀ ਜ਼ਿੰਦਗੀ 'ਚ ਬਦਲਣ ਲਈ ਨਾ ਉਹ ਇੱਕ ਛੋਟੀ ਜਿਹੀ ਚਿਣਗ ਹੀ ਕਾਫੀ ਹੁੰਦੀ ਆ। ਸੋ ਮੈਨੂੰ ਬਹੁਤ, ਜਿੰਨਾ ਅਸੀਂ ਲੋਕਲਾਈਜ਼ਡ ਚੀਜ਼ਾਂ ਕਰਾਂਗੇ ਓਨਾ ਹੀ ਅਸੀਂ ਜ਼ਿੰਦਗੀ 'ਚ ਗਰੋ ਕਰਾਂਗੇ। ਉਹ ਭਾਵੇਂ ਸਾਡੀਆਂ ਸ਼ੋਪਸ ਹੋਣ, ਭਾਵੇਂ ਸਾਡੇ ਐਜੂਕੇਸ਼ਨ ਹੋਵੇ, ਭਾਵੇਂ ਜਿੰਨਾ ਅਸੀਂ ਰੂਟਸ ਨਾਲ ਜੁੜ ਕੇ ਅੱਗੇ ਵਧਾਂਗੇ। ਅਤੇ ਇਸ ਗੱਲ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਕੋਈ ਵੀ ਚੰਗੀ ਚੀਜ਼ ਆ ਆਖਿਰ ਉਹ ਰਿਲੀਜਨ 'ਚੋਂ ਹੀ ਨਿਕਲਦੀ ਆ। ਰਿਲੀਜਨ ਇਜ਼ ਬਿਗਰ ਦੈਨ ਐਵਰੀਥਿੰਗ। ਹਾਂ, ਸੋ ਮੈਂ ਵੀ ਪਿੰਡਾਂ 'ਚੋਂ ਸ਼ੁਰੂ ਕੀਤਾ। ਮੈਂ ਆਪਣੀ ਆਲਮੋਸਟ 130 ਦੀ ਟੀਮ ਜਿਹੜੀ ਆ ਉਹ ਆਪਣੇ ਪਿੰਡ ਵਿੱਚ ਬਣਾਈ। ਉਸ ਤੋਂ ਬਾਅਦ ਮੈਂ ਹੁਣ ਨਿਊ ਵੈਂਚਰਸ ਦੇ ਉੱਤੇ ਕੰਮ ਕਰ ਰਹੀ ਹਾਂ, ਅਤੇ ਬਹੁਤ ਸਾਰੇ ਬੱਚੇ ਸੀ ਕਿ ਜਿਹੜੇ, ਜਿੱਦਾਂ ਇੱਥੇ ਆਪਾਂ ਦੇਖਦੇ ਹਾਂ ਕਿ ਜਿਨ੍ਹਾਂ ਨੇ ਯੂ ਨੋ 4-4, 5-5 ਹਜ਼ਾਰ ਦੇ ਸਟਾਈਪੈਂਡ ਤੋਂ ਸ਼ੁਰੂ ਕੀਤਾ, ਅਤੇ ਜਦੋਂ ਉਹ ਅੱਗੇ ਆਪਣੀ ਜ਼ਿੰਦਗੀ 'ਚ ਵਧੇ ਤਾਂ ਉਦੋਂ ਉਹ 10 ਗੁਣਾ ਸੈਲਰੀ ਵੀ ਜਿਹੜੀ ਉਹ ਲੈ ਰਹੇ ਸੀ। ਸੋ ਇਹੀ ਹੈ ਕਿ ਰਾਈਟ ਏਜ ਦੇ ਵਿੱਚ ਜੇ ਰਾਈਟ ਡਾਇਰੈਕਸ਼ਨ ਮਿਲ ਜਾਵੇ ਤਾਂ ਮੈਨੂੰ ਵੈਰੀ ਸ਼ਿਓਰ ਆ ਕਿ ਲੋਕੇਸ਼ਨ ਕਦੀ ਮੈਟਰ ਨਹੀਂ ਕਰਦੀ। ਆਪਾਂ ਬੱਚੇ ਨੂੰ ਕਿਹੜੀ ਡਾਇਰੈਕਸ਼ਨ ਦਿੱਤੀ ਉਹ ਮੈਟਰ ਕਰਦਾ, ਅਤੇ ਇਹ ਵੀ ਮੈਟਰ ਨਹੀਂ ਕਰਦਾ ਕਿ ਕਿਸੇ ਨੂੰ ਸਟਿਚਿੰਗ ਸਿਖਾਈ ਆ ਕਿ ਕੰਪਿਊਟਰ। ਇਟਸ ਮੋਰ ਇੰਪੋਰਟੈਂਟ ਕਿ ਵੀ ਗਿਵ ਆਰ ਬੈਸਟ, ਭਾਵੇਂ ਉਹ ਪੰਜਾਬੀ 'ਚ ਦੇ ਲਓ, ਭਾਵੇਂ ਮੈਥ 'ਚ ਦੇ ਲਓ, ਭਾਵੇਂ ਸਾਇੰਸ 'ਚ ਦੇ ਲਓ, ਰਾਈਟ? ਸੋ ਰਿਵਰਸ ਮਾਈਗ੍ਰੇਸ਼ਨ 'ਤੇ ਆਈ ਥਿੰਕ ਜੋ ਤੁਸੀਂ ਹੁਣ ਦੇਖ ਰਹੇ ਹੋ ਇਹਦਾ ਅਲਰਟ ਮੈਂ 3-4 ਸਾਲ ਪਹਿਲਾਂ ਹੀ ਬਹੁਤ ਹੀ, ਅਸੀਂ ਰੈਵੋਲਿਊਸ਼ਨਰੀ ਕੈਂਪੇਨ ਪੰਜਾਬ 'ਚ ਰਨ ਕੀਤਾ ਸੀ, ਅਤੇ ਬਟ ਉਹਦੇ ਨਾਲ ਨਾਲ ਮੇਰਾ ਇਹ ਵੀ ਕੈਂਪੇਨ ਸੀ ਕਿ ਪੰਜਾਬ ਰੀਕਨੈਕਟ, ਕਿ ਜਿਹੜੇ ਲੋਕ ਬਾਹਰ ਜਾ ਚੁੱਕੇ ਨੇ ਜਾਂ ਜਿਹੜੀਆਂ ਨੈਕਸਟ ਜਨਰੇਸ਼ਨਸ ਹੁਣ ਦੂਜੇ ਕੰਟਰੀਜ਼ 'ਚ ਆਪਣਾ ਪੈਰ ਜਮਾ ਚੁੱਕੀਆਂ ਨੇ, ਦੇ ਸ਼ੁੱਡ ਕਨੈਕਟ ਬੈਕ। ਹੁਣ ਇੱਥੇ ਆਪਾਂ ਬੱਚਿਆਂ ਨੂੰ ਸਟਿਚਿੰਗ ਸਿਖਾ ਦਿੱਤੀ, ਇੱਥੇ ਆਪਾਂ ਬੱਚਿਆਂ ਨੂੰ ਕੰਪਿਊਟਰ ਐਜੂਕੇਸ਼ਨ ਦਿੱਤੀ। ਹੁਣ ਸਾਡੇ NRI ਜਿਹੜੇ ਭੈਣ ਭਰਾ ਵਾ ਉਹਨਾਂ ਦਾ ਫਰਜ਼ ਬਣਦਾ ਕਿ ਜੇ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਕਿੱਲ ਸਿਖਾ ਤਾ ਅਤੇ ਉਹ ਵੀ ਇਹਨਾਂ ਨੂੰ
ਨੂੰ ਡਾਲਰਸ 'ਚ ਪੇ ਕਰਨ ਅਤੇ ਕੋਈ ਨਾ ਕੋਈ ਸਾਡੇ ਇੱਥੇ ਜਿਹੜਾ ਉਹ ਕਿੱਤਾ ਜਨਰੇਟ ਹੋਵੇ। ਆਖਿਰਕਾਰ ਜਿਹੜੀ ਸਾਡੀ ਇਕਨੋਮਿਕ ਗਰੋਥ ਨਹੀਂ, ਸਾਡੀ ਜਿਹੜੀ ਗਰੋਥ ਕਰਨੀ ਆ, ਅਸੀਂ ਇੱਥੋਂ ਛੱਡ ਕੇ ਜਾਵਾਂਗੇ, ਉਹਨੇ ਸਾਡੀ ਗਰੋਥ ਨਹੀਂ ਕਰਨੀ। ਜਿਹੜੀ ਸਾਡੀ ਇਕਨੋਮਿਕ ਗਰੋਥ ਹੋਏਗੀ, ਜਿੰਨਾ ਸਾਡੇ ਪੈਸੇ ਦਾ ਲੈਣ ਦੇਣ ਬਣੇਗਾ ਪੰਜਾਬ ਵਿੱਚ, ਉਹ ਚੀਜ਼ ਸਾਨੂੰ ਬਹੁਤ ਹੈਲਪ ਕਰੇਗੀ। ਅਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਬਹੁਤ ਸਾਰੇ ਲੋਕਾਂ ਨੇ ਇਹ ਚੀਜ਼ ਅਕਸਰ ਮੇਰੇ ਨਾਲ ਗੱਲ ਕੀਤੀ ਕਿ ਤੁਹਾਨੂੰ ਸੁਣ ਕੇ ਜਾਂ ਤੁਹਾਡੇ ਕੈਂਪੇਨ ਨੇ ਸਾਡੇ ਮਾਇੰਡ 'ਚ ਬਹੁਤ ਇੰਪੈਕਟ ਪਾਇਆ। ਹੁਣ ਆਪਾਂ ਕਿਸੇ ਵੀ ਦੇਸ਼ ਵਿੱਚ ਚਲ ਜਾਈਏ ਅਤੇ ਸਾਨੂੰ ਦੇਸ਼ ਵਰਗੇ ਬਣਨਾ ਪੈਂਦਾ, ਦੇਸ਼ ਸਾਡਾ ਨਹੀਂ ਬਣਦਾ। ਪਰ ਸਾਡੇ ਦੇਸ਼ ਵਿੱਚ ਸਾਨੂੰ ਦੇਸ਼ ਵਰਗਾ ਨਹੀਂ ਬਣਨਾ ਪੈਂਦਾ, ਦੇਸ਼ ਸਾਡਾ ਬਣਦਾ, ਰਾਈਟ? ਸੋ ਸਾਨੂੰ ਆਪਸ 'ਚ ਜੇ ਆਪਾਂ ਕਹਿ ਦਈਏ ਕਿ ਸਮਝੋ ਕਿਸੇ ਸਰਕਾਰ ਨੇ, ਕਿਸੇ ਹੋਰ ਨੇ, ਕਿਸੇ ਨੇ ਸਾਡੀ ਬਾਏ ਚਾਂਸ ਹੈਲਪ ਨਹੀਂ ਕੀਤੀ, ਬਟ ਸਾਡੇ ਆਪਣੇ ਤਾਂ ਇੱਥੇ ਹੈਗੇ ਨਾ ਜਿਹੜੇ ਸਾਨੂੰ ਅਪਲਿਫਟ ਕਰ ਸਕਦੇ ਆ। ਮੈਡਮ ਨੇ ਅੱਜ ਆ ਕੇ ਇੱਥੇ ਮੰਦਰ 'ਚ ਬਲੈਸਿੰਗ ਲਈਆਂ, ਔਰ ਜਿਹੜੇ ਲੋਕ ਜ਼ਰੂਰਤਮੰਦ ਨੇ ਉਹਨਾਂ ਨੂੰ ਆ ਕੇ ਸਰਟੀਫਿਕੇਟ ਦਿੱਤੇ। ਇਹਦੇ ਨਾਲ ਉਹਨਾਂ ਦਾ ਵੀ ਹੌਸਲਾ ਵਧਿਆ, ਸਾਡਾ ਵੀ ਹੌਸਲਾ ਬਣਿਆ ਕਿ ਸੁਸਾਇਟੀ ਵਾਸਤੇ ਅਸੀਂ ਹੋਰ ਨੱਠ ਭੱਜ ਕੇ ਜ਼ਿਆਦਾ ਕੰਮ ਕਰਾਂਗੇ। ਔਰ ਅਸੀਂ ਉਹਨਾਂ ਲੋਕਾਂ ਦੇ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਸਾਡੇ ਨਾਲ ਕੰਧੇ ਨਾਲ ਕੰਧਾ ਲਗਾ ਕੇ ਇਹਨਾਂ ਕੰਮਾਂ ਨੂੰ ਨੇਪਰੇ ਚੜਵਾ ਰਹੇ ਨੇ। ਬਹੁਤ ਬਹੁਤ ਧੰਨਵਾਦ। ਅੱਜ 70 ਬੱਚੇ ਹੈਗੇ ਕੰਪਿਊਟਰ ਵਾਲੇ, 35 ਬੱਚੇ ਹੈਗੇ ਦੂਸਰੇ ਸਟਿਚਿੰਗ ਵਾਲੇ। ਇਹ 3 ਮਹੀਨੇ ਦਾ ਕੋਰਸ ਹੁੰਦਾ ਜਿਹੜਾ ਅਸੀਂ ਕੰਪਿਊਟਰ ਦਾ ਕਰਵਾਉਂਦੇ ਹਾਂ। 3 ਮਹੀਨੇ ਤੋਂ ਬਾਅਦ ਬੱਚੇ ਜਾਂਦੇ ਹੀ ਨਹੀਂ ਹੈ, ਨਾ ਕੰਪਿਊਟਰ ਵਾਲੇ ਜਾਣ ਅਤੇ ਨਾ ਸਟਿਚਿੰਗ ਵਾਲੇ ਜਾਣ। ਸਟਿਚਿੰਗ ਵਾਲੇ ਤਾਂ ਉਦੋਂ ਜਾਂਦੇ ਆ ਜਦੋਂ ਐਨ ਡਿਜ਼ਾਈਨਰ ਸੂਟ ਸਿੱਖ ਜਾਂਦੇ ਆ ਨਾ, ਬੁਟੀਕ ਦੇ ਉੱਤੇ ਜੋਬ ਮਿਲਣ ਦੇ ਚਾਂਸਿਸ ਹੋ ਜਾਂਦੇ, ਫਿਰ ਜਾਂਦੇ ਆ। ਤਕਰੀਬਨ ਅਸੀਂ 1000 ਬੱਚਾ ਅੱਜ ਤੱਕ ਪੜ੍ਹਾ ਚੁੱਕੇ ਹਾਂ, 2015 ਤੋਂ ਲੱਗੇ ਹੋਏ ਹਾਂ। ਮੈਡਮ ਦਾ ਸਵਾਗਤ ਹੈ, ਬਹੁਤ ਬਹੁਤ ਉਹਨਾਂ ਨੇ ਧੰਨਵਾਦ ਹੈ ਕਿ ਇੱਥੇ ਆ ਕੇ ਸਾਨੂੰ ਕੋਈ ਜਾਣ ਨਹੀਂ ਸੀ, ਪਹਿਚਾਣ ਨਹੀਂ ਸੀ, ਇੱਕ ਸਾਡੇ ਟੈਲੀਫੋਨ ਦੇ ਉੱਤੇ ਰਿਕੁਐਸਟ ਮੰਨ ਕੇ ਇਹਨਾਂ ਨੇ ਆ ਕੇ ਨਵਾਜਿਆ। ਅਸੀਂ ਬਹੁਤ ਬਹੁਤ ਧੰਨਵਾਦੀ ਹੈ, ਆਸ਼ਾ ਕਰਦੇ ਹਾਂ ਕਿ ਇਸੇ ਤਰ੍ਹਾਂ ਇਹ ਆ ਕੇ ਲੋਕਾਂ ਨੂੰ ਇੰਸਪਾਇਰ ਕਰਦੇ ਰਹਿਣਗੇ। ਹਾਂਜੀ ਹਾਂਜੀ, ਸਰਟੀਫਿਕੇਟ ਦੇ ਉੱਤੇ।